ਲਾਈਫਸਟਾਈਲ ਦੀ ਅਗਰ ਅਸੀਂ ਗੱਲ ਕਰੀਏ ਦੋਸਤੋ, ਤਾਂ ਲਾਈਫਸਟਾਈਲ ਦੇ ਵਿੱਚ ਆਉਂਦਾ ਹੈ ਦਿਨ ਚਰਿਆ ਜਾਂ ਆਪਣੇ ਜੀਣ ਦਾ ਤਰੀਕਾ, ਕੀ ਅਸੀਂ ਖਾਂਦੇ ਹਾਂ, ਕਦੋਂ ਅਸੀਂ ਖਾਂਦੇ ਹਾਂ, ਕਦੋਂ ਅਸੀਂ ਆਪਣੀ ਜੀਣ ਦਾ ਤਰੀਕਾ ਬਦਲ ਦਿੰਦੇ ਹਾਂ। ਹੁਣ ਕਿਉਂਕਿ ਸਰਦੀ ਗਈ ਹੈ ਔਰ ਗਰਮੀਆਂ ਸਿਰ 'ਤੇ ਨੇ, ਤਾਂ ਬੜੇ ਲੋਕਾਂ ਨੂੰ ਇਹ ਦੇਖਣ ਜਾਏਗਾ ਕਿ ਉਹਨਾਂ ਦਾ ਕੋਲੈਸਟ੍ਰੋਲ ਜਿਹੜਾ ਹੈ ਉਹ ਘਟਿਆ, ਉਹ ਵਧਿਆ ਹੋਇਆ ਮਿਲੇਗਾ ਅਗਰ ਉਹ ਆਪਣਾ ਕੋਲੈਸਟ੍ਰੋਲ ਪ੍ਰੋਫਾਈਲ ਕਰਾਉਂਦੇ ਹੈ। ਜੇ ਤੁਸੀਂ ਮੈਨੂੰ ਸੁਣ ਰਹੇ ਹੋ ਔਰ ਤੁਸੀਂ ਹਾਲ ਹੀ ਵਿੱਚ ਆਪਣਾ ਟੈਸਟ ਕਰਾਇਆ ਹੈ, ਤਾਂ ਤੁਸੀਂ ਲਾਜ਼ਮੀ ਤੌਰ 'ਤੇ ਤੁਸੀਂ ਮੇਰੀ ਗੱਲ ਧਿਆਨ ਨਾਲ ਸੁਣੋਗੇ, ਔਰ ਜਾਂ ਤੁਹਾਡੀ ਫੈਮਿਲੀ ਦੇ ਵਿੱਚ ਕੋਈ ਐਸੇ ਮੈਂਬਰ ਹੈ ਜਿਨ੍ਹਾਂ ਨੇ ਆਪਣਾ ਕੋਲੈਸਟ੍ਰੋਲ ਚੈੱਕ ਕਰਵਾਇਆ ਔਰ ਉਹਨਾਂ ਦਾ ਹਾਈ ਨਿਕਲਿਆ, ਲਿਪਿਡ ਪ੍ਰੋਫਾਈਲ ਦੇ ਵਿੱਚ ਸਾਰੀਆਂ ਵੈਲਿਊਜ਼ ਡਿਸਟਰਬ ਨਿਕਲੀਆਂ, ਤਾਂ ਤੁਸੀਂ ਜ਼ਰੂਰ ਉਹਨਾਂ ਦੇ ਨਾਲ ਆਪਣਾ ਵੀਡੀਓ ਇਹ ਵਾਲਾ ਸ਼ੇਅਰ ਕਰਿਓ। ਕਿਉਂ? ਕਿਉਂਕਿ ਕੋਲੇਸਟ੍ਰੋਲ ਜਿਹੜਾ ਹੈ ਉਹ ਹਾਈ ਕਾਰਬੋਹਾਈਡਰੇਟ ਐਜ਼ ਵੈਲ ਐਜ਼ ਹਾਈ ਫੈਟ ਡਾਈਟ ਲੈਣ ਦੇ ਕਾਰਨ ਹੁੰਦਾ ਹੈ, ਔਰ ਕਿਉਂਕਿ ਸਰਦੀਆਂ ਨਿਕਲੀਆਂ ਨੇ ਉਹਦੇ ਵਿੱਚ ਪ੍ਰਥਾ ਹੈ ਸਾਡੇ ਇੰਡੀਆ ਦੇ ਵਿੱਚ, ਸਾਡੀ ਇੰਡੀਅਨ ਪਾਪੂਲੇਸ਼ਨ ਦੇ ਵਿੱਚ ਥੋੜ੍ਹੀ ਜਿਹੀ ਹਾਈ ਕੈਲਰੀ ਫੂਡਸ ਅਸੀਂ ਖਾਣਾ ਪਸੰਦ ਕਰਦੇ ਹਾਂ ਸਰਦੀਆਂ ਦੇ ਵਿੱਚ, ਔਰ ਅਸੀਂ ਸੋਚਦੇ ਹਾਂ ਕਿ ਸਾਡੀ ਪਾਚਨ ਸ਼ਕਤੀ ਵੱਧ ਗਈ ਹੈ, ਡਾਈਜੈਸਟਿਵ ਫਾਇਰ ਵੱਧ ਗਈ ਹੈ, ਉਹਦੇ ਕਰਕੇ ਅਸੀਂ ਕੁਛ ਵੀ ਅਫੋਰਡ ਕਰ ਲਾਂਗੇ ਖਾਣਾ ਪੀਣਾ। ਦੋਸਤੋ, ਅੱਛਾ ਖਾਣਾ ਪੀਣਾ, ਰਿਚ ਖਾਣਾ ਪੀਣਾ ਮੀਨਸ ਸਮਥਿੰਗ ਵਿਚ ਹੈਜ਼ ਗੋਟ ਓਇਲ ਔਰ ਫੈਟ ਔਰ ਘੀ, ਐਂਡ ਸਮਥਿੰਗ ਵਿਚ ਹੈਜ਼ ਗੋਟ ਪ੍ਰੋਬੇਬਲੀ ਹਾਈ ਕਾਰਬੋਹਾਈਡਰੇਟ ਥਿੰਗਸ ਲਾਈਕ ਗਜਰੇਲਾ, ਜਿਹਨੂੰ ਅਸੀਂ ਗਾਜਰ ਦਾ ਹਲਵਾ ਕਹਿੰਦੇ ਹਾਂ, ਸਮਥਿੰਗ ਲਾਈਕ ਪਿੰਨੀਜ਼, ਜਿਹੜੀਆਂ ਕਿ ਤੁਸੀਂ ਆਮ ਤੌਰ 'ਤੇ ਸਰਦੀਆਂ ਦੇ ਵਿੱਚ ਇਸਤੇਮਾਲ ਕਰਦੇ ਹੋ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਮਟੋਸ ਮੀਲਸ ਜਿਹੜੇ ਅਸੀਂ ਇੰਜੋਏ ਕਰਦੇ ਹਾਂ ਉਹਦੇ ਕਰਕੇ ਅਗਲੇ 2-3 ਮਹੀਨੇ ਜਦੋਂ ਗਰਮੀ ਆਉਂਦੀ ਹੈ, ਅਪ੍ਰੈਲ ਦਾ ਮੌਸਮ ਆਉਂਦਾ ਹੈ, ਤਾਂ ਬਹੁਤ ਲੋਕਾਂ 'ਤੇ ਸ਼ੂਗਰ ਵੈਲਿਊਜ਼ ਵਧੀਆਂ ਹੁੰਦੀਆਂ, ਕੋਲੈਸਟ੍ਰੋਲ ਵੈਲਿਊਜ਼ ਵਧੀਆਂ ਹੁੰਦੀਆਂ, ਟ੍ਰਾਈਗਲਿਸਰਾਈਡਸ ਵਧੇ ਹੁੰਦੇ ਆ। ਸੋ ਇਹਦੇ ਨਾਲ ਨੁਕਸਾਨ ਕੀ ਹੁੰਦਾ ਹੈ ਕਿ ਅਗਰ ਤੁਸੀਂ ਹੁਣ ਇਹਨੂੰ ਨਾਲੋਂ ਨਾਲ ਨਹੀਂ ਦੇਖਦੇ, ਤਾਂ ਇਹ ਕ੍ਰੋਨਿਕ ਹਾਈਪਰ ਕੋਲੈਸਟ੍ਰੋਲੀਮੀਆ, ਯਾਨੀ ਕਿ ਬਲੱਡ ਦੇ ਵਿੱਚ ਕੋਲੈਸਟ੍ਰੋਲ ਦੀ ਮਾਤਰਾ ਵਧਣ ਦਾ ਪੁਰਾਣੀ ਇਹ ਤਕਲੀਫ ਬਣ ਜਾਂਦੀ ਹੈ, ਕੰਡੀਸ਼ਨ ਬਣ ਜਾਂਦੀ ਹੈ, ਜਿਹਦੇ ਕਰਕੇ ਕਿ ਦਿਲ ਦੀ ਬਿਮਾਰੀ ਹੋਣ ਦਾ ਖਤਰਾ ਵੱਧ ਜਾਂਦਾ ਹੈ, ਬ੍ਰੇਨ ਸਟ੍ਰੋਕ ਦਾ ਖਤਰਾ ਵੱਧ ਜਾਂਦਾ ਹੈ। ਜੇਕਰ ਇਹਨੂੰ ਅਸੀਂ ਟਾਈਮ 'ਤੇ ਚੈੱਕ ਨਾ ਕਰੀਏ ਤਾਂ ਇਹ ਬਲੋਕੇਜਸ ਪਰਮਾਨੈਂਟ ਹੋ ਸਕਦੀਆਂ ਨੇ, ਤਾਂ ਇਸ ਲਈ ਜ਼ਰੂਰੀ ਹੈ ਕਿ ਤੁਸੀਂ ਹਾਈ ਫੈਟ ਡਾਈਟ ਦੀ ਬਜਾਏ ਤੁਸੀਂ ਲੋਅ ਫੈਟ ਡਾਈਟ ਇਸਤੇਮਾਲ ਕਰੋ, ਔਰ ਸਮੋਕਿੰਗ ਅਗਰ ਕਰਦੇ ਹੋ ਤਾਂ ਸਮੋਕਿੰਗ ਨਾ ਕਰੋ, ਔਰ ਉਸ ਤੋਂ ਇਲਾਵਾ ਤੁਸੀਂ ਕਾਰਬੋਹਾਈਡਰੇਟ ਦੀ ਮਾਤਰਾ ਵੀ ਘਟਾਓ, ਚੀਨੀ ਨਾਲ ਬਣੀਆਂ ਹੋਈਆਂ ਚੀਜ਼ਾਂ ਔਰ ਫੈਟ ਜ਼ਿਆਦਾ ਜਿਹਦੇ ਵਿੱਚ ਸੈਚੂਰੇਟਿਡ ਫੈਟ ਯੂਜ਼ ਹੁੰਦਾ ਹੈ, ਇਹਨਾਂ ਸਭ ਤੋਂ ਤੁਸੀਂ ਪਰਹੇਜ਼ ਕਰੋ, ਔਰ ਤੁਸੀਂ ਨੈਚੁਰਲੀ ਆਪਣਾ ਕੋਲੈਸਟ੍ਰੋਲ ਘੱਟ ਕਰ ਸਕੋਗੇ ਬਿਨਾਂ ਕਿਸੇ ਦਵਾਈ ਤੋਂ, ਬਿਨਾਂ ਕੋਈ ਬਹੁਤ ਜ਼ਿਆਦਾ ਜ਼ਦੋ ਜ਼ਹਿਦ ਔਰ ਖਰਚੇ ਤੋਂ।